ਵੀ ਗੱਲਾਂ ਕੀਤੀਆਂ, ਮਤਲਬ ਜਾਤੀ ਦੇ ਖਿਲਾਫ ਵੀ ਗੱਲਾਂ ਕੀਤੀਆਂ, ਵੀ ਤੁਹਾਨੂੰ ਕਹਿ ਦਿੱਤੀਆਂ ਜਾਤੀ ਖਿਲਾਫ ਵੀ ਤੈਨੂੰ ਇੱਦਾਂ ਕਰ ਦਾਂਗੇ ਮਜ਼ਬੀ ਚੂੜਿਆ ਕੁੱਤੇ ਇੱਦਾਂ, ਮਤਲਬ ਮੈਂ ਭੈਣੇ ਗਾਲਾਂ ਵੀ ਕੱਢੀਆਂ ਸੀ ਇਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੇਰੇ ਨਾਲ ਬਾਬਾ ਵਾਰਦਾਤ ਹੋਈ ਆ, ਇਹ ਤਲਵੰਡੀ ਭਿੰਡਰ ਤੋਂ, ਦੋ ਤਲਵੰਡੀ ਭਿੰਡਰ ਦੇ ਲੜਕੇ ਆ, ਅਤੇ ਇੱਕ ਬਾਘਿਆਂ ਦਾ ਇੱਕ ਵੀਲਾ ਬਜੂ, ਦੋ ਅਣ ਪਛਾਤੇ ਆ, ਉਹਨਾਂ ਦਾ ਮੈਨੂੰ ਪਤਾ ਨਹੀਂ ਸੀ। ਇੱਕ ਜਿਹੜਾ ਮੇਨ, ਉਹਨੇ ਮੈਨੂੰ ਇਹ ਗੱਲ ਕਹੀ ਵੀ ਆਪਾਂ ਫੈਸਲਾ ਕਰਾਵਾਂਗੇ ਤੁਹਾਡਾ, ਉਹਦਾ ਨਾਂ ਹੈਗਾ ਜੀ ਲਾਡੀ, ਲਾਡੀ ਡਾਕਟਰ ਆ, ਉਹਨੇ ਮੈਨੂੰ ਕਿਹਾ ਫੈਸਲਾ ਕਰਾ ਦਾਂਗੇ। ਉਹਦੇ ਹੁੰਦੇ ਆ ਇੱਕ ਬੋੜੇਵਾਲ ਦਾ ਮੁੰਡਾ ਬਿੱਕਰ, ਉਹ ਵੀ ਗਵਾਹ ਸੀ ਉਹਦੇ ਸਾਹਮਣੇ, ਉਹਨੇ ਕਿਹਾ ਕਿ ਕੋਈ ਗੱਲ ਨਹੀਂ ਮੇਰੇ ਹੁੰਦੇ ਆ, ਕੋਈ ਗੱਲ ਨਹੀਂ ਕਰਦੇ ਮੇਰੇ ਬਣੇਵੇਂ ਆ, ਤੁਸੀਂ ਉਹਨਾਂ ਕੋਈ ਗੱਲ ਕਰਿਓ। ਅਤੇ ਮੈਂ ਬਾਬਾ ਜੀ ਸਗੋਂ ਇੱਥੋਂ ਤੱਕ ਮੈਂ ਕਿਹਾ ਮੈਂ ਚਲੋ ਪਾਣੀ ਦਾਣੇ ਪੀ ਲੈਂਦੇ ਹਾਂ, ਜੇ ਭਰਾ ਆਏ ਆ ਅਤੇ ਮੈਂ ਚੱਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਿਆ। ਮੈਂ ਬਾਬਾ ਜੀ ਉਹਨਾਂ ਨੂੰ ਕਿਹਾ ਵੀ ਚਲੋ ਪਾਣੀ ਦੀ ਬੋਤਲ ਫੜ ਕੇ ਲੈ ਆਉਣ, ਮੁੰਡੇ ਨੂੰ ਪਾਣੀ ਦੀ ਬੋਤਲ ਲੈਣ ਕਰਦਾ। ਅਤੇ ਬਾਬਾ ਜੀ ਆਉਂਦਿਆਂ ਉੱਤਰ ਕੇ ਆਏ ਅਤੇ ਮੇਰੇ ਉਹਨੇ ਸਿਰ 'ਤੇ ਮਾਰ ਲੱਗਾ, ਪਹਿਲਾਂ ਵਾਰ ਕਰ ਲੱਗਾ, ਮੈਂ ਕਰੀ ਹੱਥ ਕਰਤਾ, ਮੈਂ ਮੇਰੇ ਉਹਨੇ ਹੱਥ ਵਿੱਚ ਦਾਤਰ ਮਾਰਿਆ, ਬਾਅਦ ਮੇਰੇ ਇੱਕ ਨੇ ਲੱਕ 'ਤੇ ਮਾਰਤਾ, ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ। ਅਤੇ ਬਾਅਦ 'ਚ ਵਿੱਚ ਉਹਨੇ ਫਿਰ ਮੇਰੇ ਮਗਰ ਭੱਜਿਆ, ਫਿਰ ਮੈਂ ਜਿਹਦੇ ਨਾਂ ਕਾਰਨ ਨਹਿਰ ਦੇ ਵਿੱਚ ਸਾਲ ਲਗਾ ਕੇ, ਫਿਰ ਮੈਂ ਉਦਾਂ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ। ਅਤੇ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਉੱਧਰ। ਜੇ ਬਾਬਾ ਜੀ ਮਤਲਬ ਇਹ ਤੋਂ ਇਹ ਆ ਵੀ ਜੇ ਮੈਨੂੰ ਕੁਝ ਹੁੰਦਾ ਵਾ, ਇਹ ਤੋਂ ਇਹ ਵੀ ਇਹ ਜ਼ਿੰਮੇਵਾਰ ਹੋਣਗੇ ਕਿ ਮੰਨ ਲਓ ਕੱਲ੍ਹ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ, ਅਤੇ ਇਹੋ ਜ਼ਿੰਮੇਵਾਰ ਹੋਣਗੇ, ਕਿਉਂਕਿ ਇਹਨਾਂ ਨੇ ਮੈਂ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਵਾ। ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਆ, ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਹਥਿਆਰ ਹੈਗੇ, ਪਹਿਲਾਂ ਵੀ ਜੇਲ੍ਹ ਜੂਲ ਕਰ ਬਾਬੇ ਜੇਲ੍ਹ 'ਚ ਹੋ ਗਏ ਆ, ਪਹਿਲਾਂ ਵੀ ਇਹਨਾਂ ਚੋਰੀ ਚੂੜੀ ਦੇ ਕੇਸ ਹੈਗੇ ਆ, ਅਤੇ ਇਹਨਾਂ ਨੇ ਇਹੋ ਗੱਲ ਕਹੀ ਵੀ ਮੈਂ ਤੈਨੂੰ ਮਾਰਨ ਦੀ ਕੋਸ਼ਿਸ਼ ਕਰ, ਮਤਲਬ ਤੇਰੇ ਗੋਲੀ ਮਾਰਨੀ ਆ ਕੇ, ਅਤੇ ਜਦੋਂ ਮੈਂ ਗਾੜੀ ਭੱਜਣ ਡਿਆ ਪਹਿਲਾਂ ਮੇਰੇ ਪਹਿਲਾਂ ਸਿਰ 'ਚ ਹੁੰਦਾ ਮਾਰਨ ਦੀ ਕੋਸ਼ਿਸ਼, ਮੈਂ ਗਾੜੀ ਹੱਥ ਕਰਤਾ, ਬਾਅਦ 'ਚ ਇਹਨੇ ਮੇਰੇ ਲੱਕ 'ਚ ਮਾਰਿਆ, ਫਿਰ ਮੈਂ ਨਹਿਰ 'ਚ ਮਤਲਬ ਸਾਲ ਲਗਾਈ, ਫਿਰ ਮੈਂ ਅੱਗੇ ਭੱਜਾਂ। ਉਹ ਤੋਂ ਬਾਅਦ 'ਚ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇ ਗਿਆ ਅਗਲੇ ਬੰਨੇ, ਜਿਹੜਾ ਮੈਨੂੰ ਅੰਕਲ ਹੋਣਾ ਚੱਕਿਆ ਆਣਗੇ, ਕੁਝ ਕੁ ਅੰਕਲ ਉੱਥੇ ਮੈਨੂੰ ਪਿਆ, ਅੰਕਲ ਉਹਨਾਂ ਚੱਕੇ ਲੱਗ ਗਏ, ਸਾਡੇ ਅੰਕਲ ਹੀ ਉਹਨਾਂ ਨੇ ਮੈਂ ਚੱਕਿਆ, ਅਤੇ ਸਾਡੇ ਪਿੰਡ ਦਾ ਮੁੰਡਾ ਜਿਹੜਾ ਮੇਰੇ ਨਾਲ ਹੀ, ਉਹਨੇ ਮੈਨੂੰ ਚੱਕਿਆ। ਇਹਨਾਂ ਨੇ ਬਾਬਾ ਜੀ ਅੱਗੇ ਮੈਨੂੰ ਨਾ ਇੱਕ ਦਿਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ, ਉੱਥੇ ਸੀਸੀ ਕੈਮਰੇ ਸਾਹਮਣੇ ਵੀ ਇਹਨਾਂ ਨੇ ਮੈਨੂੰ ਘੇਰ ਲਿਆ, ਉੱਥੇ ਵੀ ਮੇਰੇ ਮਗਰ ਆ ਗਏ ਚਾਰ ਪੰਜ ਜਣੇ, ਉਦੋਂ ਮੈਂ ਰੁਮਾਲ ਬੰਨ ਕੇ ਹੱਥ ਧੋਣ ਡਿਆ, ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਵੀ ਹਾਂ ਦਾ ਤੂੰ ਇੱਦਾਂ ਕਿਹਾ, ਅਤੇ ਇਹਨਾਂ ਨੇ ਮੈਨੂੰ ਉਦੋਂ ਹੀ ਘੇਰ ਲਿਆ, ਉਦੋਂ ਹੀ ਮੈਨੂੰ ਮਾਰ ਲੱਗੇ ਉੱਥੇ ਗੁਰਦੁਆਰੇ ਦੇ। ਫਿਰ ਉਹਨਾਂ ਨੇ ਉੱਥੇ ਬੰਦਿਆਂ ਨੇ ਮੈਨੂੰ ਕਹਿਤਾ ਕਿ ਨਹੀਂ ਨਹੀਂ ਇੱਥੇ ਗੁਰੂ ਬਹਿ ਨਹੀਂ ਆਪਾਂ ਕੋਈ ਗੱਲ ਕਰਨੀ, ਇਹਨਾਂ ਨੇ ਬਾਬਾ ਜੀ ਉਦਣ ਮੇਰਾ ਮਹਾਂ ਬਚਾਇਆ। ਅਤੇ ਬਾਅਦ 'ਚ ਇਹਨਾਂ ਅੱਜ ਪੰਜ ਛੇ ਦਿਨ ਮੈਨੂੰ ਫਿਰ ਘੇਰ ਲਿਆ, ਇਹਨਾਂ ਨੇ ਇਹਨਾਂ ਨੇ ਅੱਗੇ ਵੀ ਘੇਰੀ ਮੇਰਾ ਪਿੱਛਾ ਕੀਤਾ ਸੀ, ਜੇ ਮੈਂ ਕਿਤੇ ਮਤਲਬ ਦੁਕਾਨ ਤੋਂ ਕੰਮ ਜਾਂਦਾ ਸੀ। ਹੁਣ ਤਾਂ ਬਾਬਾ ਜੀ ਨਾਲ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਨਾਲ ਮਾਰਨ ਆਏ, ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਵਾ, ਉਹਨਾਂ ਇਹੋ ਗੱਲ ਕੀਤੀ ਵੀ ਮਾਰ ਕੇ ਜਾਣਾ ਜਾਨੂੰ, ਉਹਨਾਂ ਨੇ ਮੈਨੂੰ ਪਹਿਲਾਂ ਕਹਿੰਦਾ ਤੈਨੂੰ ਮਾਰ ਦੇਣਾ ਜਾਨੂੰ। ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਥਾਮ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ, ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਜਿਹੜਾ ਘਰ ਘਰ ਗਿਆ। ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ 'ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ, ਲੁੱਟਾਂ ਖੂਹਾਂ ਕਰਦੇ ਨਜ਼ਰ ਆਉਂਦੇ ਆ, ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ, ਅਤੇ ਨਸ਼ਾ ਕਰਦੇ ਅਤੇ ਕਰਾਉਂਦੇ ਨਜ਼ਰ ਆਉਂਦੇ ਆ। ਇਹਦੇ ਤਹਿਤ ਹੀ ਪਿੰਡ ਜਿਹੜਾ ਵੈ ਘੁਮਾਣਾ ਦੇ ਕੋਲ ਆ, ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ, ਉਹਨਾਂ ਨੇ ਰਾਤੀ ਮੇਰੇ ਨਾਲ ਸੰਪਰਕ ਕੀਤਾ, ਉਹਦੇ ਵੱਡੇ ਭਰਾ ਨੇ, ਕਿ ਸਾਡੇ ਭਰਾ ਦਾ ਗੁੱਟ ਵੜ ਦਿੱਤਾ ਗਿਆ। ਕਾਰਨ ਇਹ ਕਿ ਉਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਅਤੇ ਵੇਚਦੇ ਸੀ ਅਤੇ ਲੁੱਟਾਂ ਖੂਹਾਂ ਕਰਦੇ ਸੀ। ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਅਤੇ ਇਹਦੇ ਨਾਲ ਖੁੰਦਕਬਾਜ਼ੀ ਰੱਖਣੀ ਸ਼ੁਰੂ ਕਰ ਦਿੱਤੀ, ਅਤੇ ਕੁਝ ਇਹ ਬੰਦਾ ਸੀ ਕੋਈ, ਉਹਨੇ ਜਾ ਕੇ ਇਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ਼ ਦਾ ਜਿਹੜਾ ਵਾ ਖੁੰਦਕਬਾਜ਼ੀ ਤੁਹਾਡੀ ਮਿਟਾ ਦਿੰਦਾ, ਮੇਰੇ ਨਾਲ ਚੱਲੋ। ਉਹ ਬੰਦਾ ਜਿਹੜਾ ਵਾ ਰਾਜ਼ੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ 'ਤੇ ਲੈ ਗਿਆ, ਅਤੇ ਨਹਿਰ 'ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜ਼ੀਨਾਮਾ ਦੇ ਤਹਿਤ ਉਹਦੇ 'ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵੜ ਦਿੱਤਾ। ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ
ਕਿ ਭਾਅ ਜੀ ਮੇਰਾ ਜਦੋਂ ਧੌਣ 'ਤੇ ਵਾਰ ਕਰਨ ਲੱਗੇ ਅਤੇ ਮੈਂ ਅੱਗੇ ਹੱਥ ਕਰ ਦਿੱਤਾ ਅਤੇ ਆਹ ਜਿਹੜਾ ਅੱਧਾ ਗੁੱਟ ਦਾ ਵੱਢਿਆ ਗਿਆ, ਠੀਕ ਹੈ। ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤੇ ਕੀਤਾ ਅਤੇ ਜਦੋਂ ਭੱਜਾ ਵਾ ਅਤੇ ਇਹਨੇ ਮੁੰਡਾ ਬੜਾ ਯੂਰਤ ਵਾਲਾ ਨਿਕਲਿਆ ਅਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਨਹਿਰ 'ਚ ਛਾਲ ਮਾਰਨ ਦੇ ਬਾਵਜੂਦ ਵੀ ਯਾਨੀ ਕਿ ਪਿੱਛੋਂ ਭੱਜਦਿਆਂ ਉਹਦੇ ਲੱਕ ਦੇ ਵਿੱਚ ਵਾਰ ਕੀਤਾ ਤੀਜੇ ਬੰਦੇ ਨੇ ਖੰਡੇ ਦੇ ਨਾਲ, ਅਤੇ 3 ਵਾਰ ਟੋਟਲ ਉਹਦੇ 'ਤੇ ਹੋਏ ਆ। ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ। ਇਹ ਇਦੋਂ ਪਹਿਲਾਂ ਵੀ ਘੁਮਾਣਾ ਦੇ ਕੋਲ ਹੀ ਇੱਕ ਨਿਹੰਗ ਸਿੰਘ ਵੱਲੋਂ ਚਾਹ ਮੰਗਣ 'ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤ ਵੜ ਦਿੱਤੀ ਗਈ ਸੀ, ਉਹਦਾ ਵੀ ਮੈਂ ਹੋਸਪਿਟਲ ਪਤਾ ਲੈਣ ਆਇਆ। ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅੱਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਘੜਾਮ ਚੌਧਰੀਆਂ ਵੱਲੋਂ। ਫਿਰ ਜਦੋਂ ਕੋਈ ਸਾਡੇ ਵਰਗਾ ਬੰਦਾ ਬੋਲਦਾ ਤਾਂ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ। ਬਾਈ ਤੁਸੀਂ ਜਾਤ ਪਾਤ ਖਤਮ ਕਰੋਗੇ ਤਾਂ ਹੀ ਆ ਨਾ, ਗੱਲ ਜਾਤ ਪਾਤ ਦੀ ਨਹੀਂ, ਨਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ। ਪੁਲਿਸ ਵੱਲੋਂ ਕਹਿ ਰਿਹਾ ਕਿ ਪੁਰਾਣੀ ਰੰਜਿਸ਼ ਕਿ ਨਸ਼ੇ ਦੀ ਕੋਈ ਗੱਲਬਾਤ ਨਹੀਂ, ਜਾਂਚ ਦਾ ਕਿਤੇ ਵਿਸ਼ਾ ਹੈ। ਪੁਰਾਣੀ ਰੰਜਿਸ਼ ਭਾਜੀ, ਕੋਈ ਇਹਨਾਂ ਦਾ ਜਮਾਂਦਰੂ, ਕੋਈ ਇਹਨਾਂ ਦਾ ਕੋਈ ਥੜਾ ਵਾ, ਕੋਈ ਦੁਸ਼ਮਣੀ ਇਹਨਾਂ ਦੀ ਹੈਗੀ ਆ, ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ। ਬਾਕੀ ਪੁਲਿਸ ਆਈ ਸੀ, ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ, ਠੀਕ ਹੈ। ਅਤੇ ਜੋ ਉਹਨਾਂ ਨੇ ਪੁੱਛਿਆ ਇੰਨ ਬਿੰਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ, ਅਤੇ ਕਾਰਵਾਈ ਅਸੀਂ ਮੰਗ ਕੀਤੀ ਆ ਵੀ ਟੋਟਲ 5 ਬੰਦੇ ਆ, ਜਿਹੜਾ ਸਾਜਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ, ਠੀਕ ਹੈ। ਕਿਉਂਕਿ ਉਹੀ ਬੰਦਾ ਲੈ ਕੇ ਗਿਆ, ਉਹੀ ਬੰਦੇ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ। ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ, ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹੋਸਪਿਟਲਾਂ ਦੇ ਵਿੱਚ ਉਹ ਦਰ ਬਦਰ ਜਿਹੜਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ। ਸੋ ਇਹਨੂੰ ਨੱਥ ਪਾਉਣ ਵਾਲੀ ਹੈ। ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ, ਅਸੀਂ ਆਉਣ ਵਾਲੇ ਦਿਨਾਂ ਦੇ SSP ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ। ਲੇਕਿਨ ਕਿਹਾ ਜਾ ਰਿਹਾ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ, ਪਰਿਵਾਰ ਦਾ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀਗਾ, ਇਸ ਤਰ੍ਹਾਂ ਦੀ ਕੋਈ ਕਿਤੇ ਕਿਸੇ ਮੇਰੇ ਸਾਹਮਣੇ ਤੱਕ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ। ਜੇਕਰ ਹੋਏਗੀ ਤਾਂ ਵੀਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ, ਦਬਾਦਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ। ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਮੇਨ ਦੋਸ਼ੀ ਆ ਉਹਨੂੰ ਬਾਹਰ ਕੱਢ ਦਿੱਤਾ ਜਾਵੇ, ਬਾਕੀ ਦੇ ਮਾਮਲਾ ਤਾਂ ਕਿਉਂ ਕੀ ਗੱਲ ਮੈਨੂੰ ਨਹੀਂ ਪਤਾ, ਪਰ ਉਹਦੀ ਰਿਸ਼ਤੇਦਾਰੀ ਹੋ ਸਕਦੀ ਉਹਨਾਂ ਦੀ। ਮੇਰੇ ਸਾਹਮਣੇ ਤਾਂ ਦੀ ਗੱਲ ਹੋਈ ਕੋਈ ਨਹੀਂ, ਕੋਈ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ। ਇਹ ਇੱਕ ਨਹੀਂ, ਦੋ ਨਹੀਂ, 3 ਨਹੀਂ, ਇਹਨਾਂ ਨੇ ਤੇ ਪਾਇਆ ਗੰਦ ਇਹਨਾਂ ਲੋਕਾਂ ਨੇ। ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਧੱਕਾ ਨਹੀਂ ਹੋਣ ਦੇਣਾ, ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ, ਜੋ ਮਰਜ਼ੀ ਹੋਵੇ। ਉਸਦਾ ਰਵੱਈਆ ਠੀਕ ਸੀਗਾ ਮੇਰੇ ਸਾਹਮਣੇ ਤੱਕ? ਠੀਕ ਸੀ, ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵੱਈਆ, ਉਹ ਮੇਰੇ ਖਿਆਲ ਨਾਲ ਦਿਖਾਉਣ ਦੀ ਲੋੜ ਨਹੀਂ ਆ। ਜੇ ਸਾਡਾ ਸਾਥ ਦੇਣਗੇ ਜਿਉਂ, ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ, ਅਫਸਰ ਸਾਹਿਬਾਨਾਂ ਦਾ ਵੀ। ਜੇਕਰ ਇਹ ਸਾਡੀ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸਮ ਦਾ ਸਾਨੂੰ ਇਨਸਾਫ ਨਾ ਮਿਲਿਆ, ਤਾਂ ਇਹ ਭੈਣ ਭਰਾਵਾਂ ਨੂੰ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ SSP ਦਫ਼ਤਰ ਦਾ ਕਰਾਓ ਕਰਾਂਗਾ। ਜੋ ਬਿਆਨ ਦਿੱਤੇ ਆ ਉਹਦੇ ਮੁਤਾਬਕ ਅਸੀਂ ਬਿਆਨ ਲੈ ਲਿਆ, ਜਿਹੜੀ ਕਾਰਵਾਈ ਬਣਦੀ ਉਹ ਕਰ। ਸਰ ਕਿੰਨੇ ਲੋਕ ਨੇ ਜਿਨ੍ਹਾਂ? 5 ਲੋਕ ਆ, ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਸਾਡੀ ਤਕਦੀਰ ਦਾ ਪਾਠ। ਲੇਕਿਨ ਜੋ ਪਰਿਵਾਰ ਦਾ ਕਹਿਣਾ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ? ਨਹੀਂ ਨਹੀਂ, ਕੋਈ ਗੱਲ ਨਹੀਂ, ਸਾਰੇ ਦੋਸ਼ੀ ਵਿੱਚ ਬਾਈ ਨੇਮ ਪਰਚਾ ਬਾਈ ਨੇਮ ਪਰਚਾ ਹੈ ਕਿ ਮੁੰਡੇ ਨੇ ਕੀ ਦੱਸਿਆ ਜੀ, ਕਿਸ ਤਰ੍ਹਾਂ ਕਿਉਂ ਗੁੱਟ ਵੱਢਿਆ ਗਿਆ? ਕੋਈ ਇਹਨਾਂ ਦਾ ਕੋਈ ਪੁਰਾਣੀ ਝਗੜਨ ਦੇ ਸੀ, ਉਹਦੇ ਝਗੜਾ ਆਇਆ ਉਹਦੇ ਕਰਕੇ ਉਹਨਾਂ ਨੇ ਮਤਲਬ ਦੱਸਿਆ ਜਾ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਪਰ ਉਹਨਾਂ ਵੱਲੋਂ ਉਹ ਵੀ ਵੇਖ ਲਾਂਗੇ, ਕੋਈ ਨਹੀਂ ਜਾਣਦੇ, ਵੇਖ ਲਾਂਗੇ ਜੇ ਇਹੋ ਜਿਹੀ ਗੱਲ ਹੋਈ। ਕਿੰਨੇ ਲੋਕਾਂ ਦੇ ਪਰਚੇ ਕੀਤੇ? 5 ਜਣੇ ਦੇ। ਠੀਕ ਹੈ, ਜਿਹੜੀ ਫੈਮਲੀ ਕਹਿ ਰਹੀ ਉਹਨੂੰ ਪੁੱਛੋ, ਫਿਰ ਤੁਸੀਂ ਦੱਸੋ ਕੀ ਕਾਰਵਾਈ ਕੀਤੀ ਗਈ? ਕੁਛ ਨਹੀਂ, ਹਲੇ ਬੈਨ ਲਏ, ਬਾਅਦ ਚ ਜਾ ਕੇ ਪੱਟਾ ਦਰਜ ਕਰਾਂਗੇ। ਤੁਹਾਨੂੰ ਪਤਾ ਵੀ ਉਹਨੂੰ ਕੱਢਣ ਦੀ ਕੋਸ਼ਿਸ਼ ਹੈ? ਤੁਸੀਂ ਦੱਸੋ ਨਾ ਕਾਰਵਾਈ ਕੀ ਕਰ ਰਹੇ ਸਰ? ਤੁਸੀਂ ਆਈ ਹੋ,
ਜੋ ਬਣਦੀ ਕਾਰਵਾਈ ਪਰਚਾ ਦਰਜ ਕਰਾਂਗੇ, ਫਿਰ ਬਾਅਦ ਦੇ ਵਿੱਚ ਵੇਖਿਓ ਵੀ ਉਹਨੂੰ ਕੱਢਿਆ ਬਾਹਰ ਕਿ ਜਾਂ ਅੰਦਰ ਹੈ। ਉਹ ਦੱਸ ਦੇ ਯਾਰ, ਕੀ ਥੋੜਾ ਦੱਸ ਦੇ, ਉਹਨਾਂ ਨੇ ਦੱਸਣਾ ਨਹੀਂ ਸੋ ਨਹੀਂ ਯਾਰ ਸੋ ਨਹੀਂ ਸਰ, ਦੱਸ ਦਿਓ ਪਲੀਜ਼ ਕਿੰਨੇ ਕੁ ਬੰਦੇ ਨੇ ਕਲੀਅਰ ਹੋ ਜਾਂਦਾ ਕੀਤੀ ਜਾ ਰਹੀ ਹੈ ਨਾ। ਗੱਲ ਕੰਪਰੋਮਾਈਜ਼ ਕਰਵਾਉਣ ਵਾਸਤੇ ਪਹੁੰਚਿਆ ਸੀਗਾ।